ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਗਿਆਨ ਸੰਤਾਂ ਦਾ ਮਾਰਗ ਅਸੀਂ ਭੁੱਲੇ ਭਟਕੇ ਹੋਏ ਜੀਵ ਕੌਣ ਰਸਤਾ ਦੱਸੇ ਕਿ ਕਿਸ ਰਸਤੇ ਜਾਈਏ ਤੇ ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਹੋਵੇ ਗੁਰੂ ਜਾਣਦਾ ਹੈ ਉਸ ਮਾਰਗ ਨੂੰ ਕਿਉਂਕਿ ਜਾਣਕਾਰ ਦੇ ਨਾਲ ਆਪਾਂ ਜੁੜ ਜਾਈਏ ਤੇ ਮਾਰਗ ਦਾ ਪਤਾ ਲੱਗ ਜਾਏਗਾ ਜਿਵੇਂ ਸੰਸਾਰ ਵਿੱਚ ਆਪਾਂ ਵੇਖਦੇ ਹਾਂ ਕਿਸੇ ਮੰਜ਼ਲ ਤੇ ਪਹੁੰਚਣਾ ਕਿਸੇ ਸ਼ਹਿਰ ਪਹੁੰਚਣਾ ਹੋਵੇ ਜੇਕਰ ਸਾਨੂੰ ਨਹੀਂ ਪਤਾ ਤੇ ਅਸੀਂ ਕਿਸ ਨੂੰ ਲੱਭਦੇ ਹਾਂ ਜਿਹਨੂੰ ਪਤਾ ਹੋਵੇ ਆਇਤੂ ਉਥੇ ਆਉਂਦਾ ਜਾ ਨਾ ਰਹਿੰਦੇ ਸਾਨੂੰ ਵੀ ਦੱਸ ਸਨ ਵੀ ਉਸ ਮਾਰਗ ਦਾ ਰਸਤਾ ਦੱਸ ਦੇ ਮੈਂ ਵੀ ਜਾਣਾ ਚਾਹੁੰਨਾ ਹੈ ਮਾਰਗ ਇਹਨਾਂ ਗੁਰੂ ਲੋਕ ਉਹ ਜਾਣਦੇ ਨੇ ਕਿ ਕਿਸ ਮਾਰਗ ਤੇ ਸਾਧਕ ਚੱਲੇ ਤਾਂ ਉਹ ਸਤਖੰਡ ਜਾਂ ਬੇਗੰਪੁਰੇ ਪਹੁੰਚ ਸਕਦਾ ਹੈ ਕਿਉਂਕਿ ਸਾਡਾ ਸਭ ਦਾ ਮਕਾਮ ਉਹੀ ਇੱਕ ਹੈ ਨਾਨਕਾ ਸੱਚ ਬਗੋਈ ਸਭ ਦਾ ਸਾਡਾ ਮੁਕਾਮ ਇੱਕੋ ਹੀ ਹੈ ਕਿ ਕਿਸੇ ਢੰਗ ਦੇ ਨਾਲ ਅਸੀਂ ਸੱਚਖੰਡ ਵਿੱਚ ਪ੍ਰਵੇਸ਼ ਕਰ ਜਾਈਏ ਪੂਲੇ ਮਾਰਗ ਜਿਨੇ ਬਤਾਇਆ ਭੁੱਲ ਗਏ ਕਦੋਂ ਦੇ ਭੁੱਲੇ ਹੋਏ ਆ ਪ੍ਰਮਾਤਮਾ ਨੂੰ ਜੇ ਆਪਾਂ ਗੁਰਬਾਣੀ ਦੀ ਖੋਜ ਕਰੀਏ ਤੇ ਜਦੋਂ ਸਾਡਾ ਜਨਮ ਹੋਇਆ ਮਾਤਾ ਦੇ ਗਰਭ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਇਹ ਬੱਚਾ ਸਭ ਕੁਝ ਜਾਣਦਾ ਏ ਪ੍ਰਭੂ ਦੀ ਜੋਤ ਦੇ ਨਾਲ ਖੇਡਦਾ ਏ ਪ੍ਰਭੂ ਦੀ ਆਵਾਜ਼ ਸੁਣਾਈ ਦਿੰਦੀ ਏ ਉਹ ਅੰਮ੍ਰਿਤ ਪਿੰਦਾ ਏ ਗਰਭ ਦੇ ਵਿੱਚ ਪਰ ਜਦੋਂ ਬੱਚੇ ਦਾ ਜਨਮ ਹੋਇਆ ਤੇ ਇਹ ਉਸ ਸਮੇਂ ਭੁੱਲਿਆ ਕਿਉਂਕਿ ਜਿਹੜਾ ਇਸ ਦਾ ਦਸਵਾਂ ਦਵਾਰ ਸੀ ਉਸ ਵੇਲੇ ਉਹ ਬੰਦ ਹੋ ਗਿਆ ਅੱਖਾਂ ਦੇ ਸਾਹਮਣੇ ਹਨੇਰਾ ਹੀ ਹਨੇਰਾ ਹਨੇਰਾ ਕਿਉਂਕਿ ਬਾਣੀ ਸਾਨੂੰ ਇਹ ਦੱਸਦੀ ਹੈ ਰੋਵੇ ਰਤਨ ਗਵਾਇਕ ਹੈ ਬੱਚਾ ਜਨਮ ਦੇ ਸਮੇਂ ਕਿਉਂ ਰੋਇਆ ਰਤਨ ਪ੍ਰਮਾਤਮਾ ਰੂਪੀ ਰਤਨ ਜਿਹੜੀ ਜੋਤ ਜਗ ਰਹੀ ਸੀ ਉਹ ਬੁਝ ਗਈ ਰੋਵੇ ਰਤਨ ਗਵਾਏ ਕੇ ਮਾਇਆ ਮੋ ਅੰਧੇਰ ਗਵਾਰਾ ਮਾਇਆ ਦਾ ਹਨੇਰਾ ਸੰਸਾਰ ਦੇ ਵਿੱਚ ਹਨੇਰਾ ਹੋਂ ਦੇ ਨਾਲ ਹੋਰ ਹੋ ਰਿਹਾ ਹੈ ਉਹ ਰੋਵੇ ਦੁਖਾਪਣ ਉਹ ਤੇ ਆਪਣੇ ਦੁੱਖ ਨੂੰ ਰੋ ਰਿਹਾ ਕਿ ਮੇਰੇ ਕੋਲ ਹੁਣੇ ਪ੍ਰਮਾਤਮਾ ਰੂਪੀ ਰਤਨ ਸੀ ਹੁਣੇ ਮੈਂ ਆਨੰਦ ਵਿੱਚ ਸੀ ਹੁਣੇ ਮੈਂ ਰਸਪੰਨੀ ਆਵਾਜ਼ ਸੁਣ ਰਿਹਾ ਸੀ ਹੁਣੇ ਮੇਰੇ ਮੁਖ ਦੇ ਵਿੱਚ ਅੰਮ੍ਰਿਤ ਚਿਮਚਿਮ ਕਰਕੇ ਚੋ ਰਿਹਾ ਸੀ ਇਹ ਕੀ ਹੋ ਗਿਆ ਹਨੇਰਾ ਕਿਉਂ ਹੋ ਗਿਆ ਜਗਦੰਮ ਐਸਾ ਕਿਉਂ ਹੋਇਆ ਉਹ ਰੋਵੇ ਦੁੱਖ ਆਪਣਾ ਕਹਿੰਦੇ ਕਿਉਂ ਰੋ ਰਿਹਾ ਹੈ ਪ੍ਰਮਾਤਮਾ ਤੋਂ ਵਿਛੋੜਾ ਪੈ ਗਿਆ ਹੈ ਪ੍ਰਮਾਤਮਾ ਤੋਂ ਵਿਛੜ ਕੇ ਉਹ ਰੋਵੇ ਦੁੱਖ ਆਪਣਾ ਹਾਸਸ ਗਾਵੇ ਸਭ ਸੰਸਾਰਾ ਹਾਸਸ ਗਾਵੇ ਸਭ ਪਰਿਵਾਰ ਕਹਿੰਦੇ ਕਿ ਪਰਿਵਾਰ ਸੰਸਾਰ ਉਸ ਬੱਚੇ ਨੂੰ ਵੇਖ ਕੇ ਹੱਸਦਾ ਪਿਆ ਹੈ ਕਿ ਬੱਚੇ ਨੇ ਜਨਮ ਲਿਆ ਹੈ ਪਰ ਉਹ ਬੱਚਾ ਰੋ ਰਿਹਾ ਹੈ ਉਸਦੇ ਰੋਣ ਦਾ ਕਾਰਨ ਕੀ ਹੈ ਮਾਤਾ ਦੇ ਗਰਭ ਦੇ ਵਿੱਚ ਬੱਚਾ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਮਾਤ ਗਰਭ ਮੈਂ ਆਪਨ ਸਿਮਰਨ ਦੇਹ ਤੈ ਤੂ ਰੱਖਣ ਹਾਰੇ ਹੁਣ ਮਾਤਾ ਦੇ ਗਰਭ ਵਿੱਚ ਬੱਚਾ ਨਾਮ ਕਿਹੜਾ ਜਪ ਰਿਹਾ ਸੀ ਕਿਉਂਕਿ ਐਸਾ ਤੇ ਅਸੀਂ ਕਹਿ ਨਹੀਂ ਸਕਦੇ ਕਿ ਬੱਚਾ ਜੇਕਰ ਸਿੱਖ ਧਰਮ ਦੇ ਨਾਲ ਮਾਤਾ ਸੰਬੰਧ ਰੱਖਦੀ ਹੈ ਤਾਂ ਉਹ ਵਾਹਿਗੁਰੂ ਵਾਹਿਗੁਰੂ ਜਪਦਾ ਹੋਵੇਗਾ ਜੇ ਹਿੰਦੂ ਧਰਮ ਦੇ ਨਾਲ ਮਾਤਾ ਸੰਬੰਧ ਰੱਖਦੀ ਹੈ ਤੇ ਬੱਚਾ ਰਾਮ ਰਾਮ ਕਰਦਾ ਹੋਵੇਗਾ ਜਿਸ ਮੁਸਲਮਾਨ ਧਰਮ ਦੇ ਨਾਲ ਮਾਤਾ ਸੰਬੰਧ ਰੱਖਦੀ ਹੈ ਤੇ ਬੱਚਾ ਅੱਲਾ ਅੱਲਾ ਕਰਦਾ ਹੋਵੇਗਾ ਗਰਭ ਕਾਲ ਦਾ ਬੱਚਾ ਬਿਲਕੁਲ ਅਗਿਆਤ ਹੈ ਉਸ ਨੂੰ ਕੋਈ ਖਬਰ ਨਹੀਂ ਔਰ ਗਾਂ ਗਰਬਾਣੀ ਸਾਨੂੰ ਇਹ ਦੱਸਦੀ ਹੈ ਕਿ ਉਹ ਨਾਮ ਜਪ ਰਿਹਾ ਫਿਰ ਉਹ ਕਿਹੜਾ ਨਾਮ ਜਪ ਰਿਹਾ ਹੈ ਜਦੋਂ ਬੱਚੇ ਨੂੰ ਪਤਾ ਹੀ ਨਹੀਂ ਕੋਈ ਭਾਸ਼ਾ ਦਾ ਉਸ ਨੂੰ ਗਿਆਨ ਨਹੀਂ ਹੈ ਪਰ ਉਹ ਨਾਮ ਜਪ ਰਿਹਾ ਹੈ ਗਰਭ ਕੁੰਟ ਮੇ ਉਰਦ ਤਪ ਕਰਤੇ ਸਾਹ ਸਾਹ ਸਿਮਰਤ ਪ੍ਰਭ ਰਹਤੇ ਬਾਣੀ ਦੱਸਦੀ ਹੈ ਕਿ ਬੱਚਾ ਸਵਾਸ ਸਵਾਸ ਉਸ ਪ੍ਰਮਾਤਮਾ ਦਾ ਨਾਮ ਜਪ ਰਿਹਾ ਸੀ ਹੁਣ ਜਦੋਂ ਵੇਖਦੇ ਆ ਕਿ ਬੱਚਾ ਫਿਰ ਨਾਮ ਕੀ ਜਪਦਾ ਸੀ ਕਹਿੰਦੇ ਉਹ ਗਰਭ ਕਾਲ ਦੇ ਵਿੱਚ ਜਿਹੜਾ ਨਾਮ ਜਪਦਾ ਸੀ ਪੂਰਨ ਗੁਰੂ ਉਹ ਨਾਮ ਦੱਸਦਾ ਏ ਪੂਲਾ ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਬੜਾ ਭਾਗੀ ਪਾਇਆ ਕਿਉਂਕਿ ਕਿਰਤਮ ਨਾਮ ਕਥੇ ਤੇ ਰਜੇਵਾ ਕਿਰਤਮ ਨਾਮ ਜੋ ਆਪਾਂ ਬੋਲਦੇ ਆਂ ਇਸ ਨਾਮ ਤੋਂ ਸ਼ੁਰੂ ਹੋਵੇ। ਭਾਵੇਂ ਕੋਈ ਵੀ ਨਾਮ ਹੈ ਚਾਹੇ ਵਾਹਿਗੁਰੂ ਹੈ ਚਾਹੇ ਰਾਮ ਹੈ ਜਾਂ ਅੱਲਾ ਹੈ ਦੇ ਕੋਈ ਵੀ ਨਾਮ। ਕਿਰਤਮ ਨਾਮ ਕਥੇ ਤੇ ਜੇਵਾ ਜਿਹੜੇ ਜੇਵਾ ਦੇ ਨਾਲ ਉਚਾਰਨ ਕਰਦੇ ਆ। ਜਦੋਂ ਇਸ ਨਾਮ ਨੂੰ ਆਪਾਂ ਸਮਾਧੀ ਲੀਨ ਹੋ ਕੇ ਜਪਾਂਗੇ ਤੇ ਇਹ ਨਾਮ ਅੱਗੇ ਜਾ ਕੇ ਇੱਕ ਆਵਾਜ਼ ਦਾ ਰੂਪ ਧਾਰਨ ਕਰਦਾ ਹੈ। ਅਬਾਈ ਦਾ ਸਤਨਾਮ ਤੇਰਾ ਪਰਾ ਪੁਰਬਲਾ ਉਹ ਜੋ ਕਿਰਤਮ ਨਾਮ ਸੀ ਬਾਸ਼ਾ ਵਿੱਚ ਨਾਮ ਸੀ ਉਹ ਫਿਰ ਪਿੱਛੇ ਰਹਿ ਜਾਂਦਾ ਹੈ ਸੁਣ ਸਮਾਧੇ ਅੰਦਰ ਕੋਈ ਬਾਸ਼ਾ ਨਹੀਂ ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਜਿਹੜਾ ਨਾਮ ਬੱਚਾ ਭੁੱਲਿਆ ਹੋਇਆ ਸੀ ਇਸ ਕਰਕੇ ਗੁਰੂ ਦੀ ਲੋੜ ਪਈ ਹੈ ਗੁਰੂ ਸਮਝਾਉਂਦਾ ਏ ਗੁਰੂ ਦੱਸਦਾ ਏ ਕਿ ਨਾਮ ਪ੍ਰਭੂ ਪਰਮਾਤਮਾ ਦੇ ਨਾਲ ਕਨੈਕਸ਼ਨ ਜੋਣ ਵਾਲਾ ਉਹ ਸਾਡੇ ਜੀਵਨ ਦੇ ਵਿੱਚ ਸਵਾਸਾਂ ਦੀਆਂ ਕਿਰਿਆਵਾਂ ਨੂੰ ਦੇਖਣ ਵਾਸਤੇ ਕਿ ਕਿਸ ਕਿਸ ਢੰਗ ਦੇ ਨਾਲ ਨਾਮ ਜਪਿਆ ਜਾ ਰਿਹਾ ਹੈ ਸਵਾਸਾਂ ਦੇ ਨਾਲ ਕਿਵੇਂ ਸੁਰਤ ਜੁੜ ਰਹੀ ਹੈ ਕਿਵੇਂ ਧਿਆਨ ਜੁੜ ਰਿਹਾ ਹੈ ਇਸ ਸਭ ਅੰਦਰ ਮਨੁੱਖ ਦੇਖਦਾ ਏ ਜਦੋਂ ਮਨੁੱਖ ਨੂੰ ਪਤਾ ਲੱਗ ਜੇ ਨਾ ਅੰਤਰ ਦੀ ਗਤ ਦਾ ਅੰਤਰ ਦੀ ਯਾਤਰਾ ਕਰਦੇ ਹੋયા ਮਨੁੱਖ ਨੂੰ ਕੜੀਏ ਸੁਰਤ ਮਤ ਮਨ ਬੁੱਧ ਇਹ ਜਦੋਂ ਘੜੇ ਜਾਂਦੇ ਨੇ ਆਪਕੇ ਇਹ ਸਭ ਫਿਰ ਪ੍ਰਭੂ ਦੇ ਨਾਲ ਜੁੜ ਜਾਂਦੇ ਨੇ ਤੇ ਉਹ ਮਾਰਗ ਹੈ ਗੁਰੂਆਂ ਦਾ ਸੰਤਾਂ ਦਾ ਭਗਤਾਂ ਦਾ ਪ੍ਰਭੂ ਦੇ ਪਿਆਰਿਆਂ ਦਾ ਸੰਤ ਕਾ ਮਾਰਗ ਧਰਮ ਕੀ ਪੌੜੀ ਸੰਤਾਂ ਦਾ ਮਾਰਗ ਕੀ ਹੈ ਧਰਮ ਧਰਮ ਕੀ ਹੈ ਨਿਜ਼ਮ ਇਹ ਨਿਜ਼ਮ ਗੁਰਬਾਣੀ ਦੁਆਰਾ ਕਿ ਨਿਜ਼ਮ ਬੱਧ ਹੋ ਕੇ ਮਰਜ਼ਾਦਾ ਨੂੰ ਨਿਜ਼ਮ ਕਹਿੰਦੇ ਨੇ ਕਹਿੰਦੇ ਆਹ ਮਰਜ਼ਾਦਾ ਆਹ ਮਰਜ਼ਾਦਾ ਭਾਵ ਕੇ ਨਿਜ਼ਮ ਕਿ ਕਿਸ ਢੰਗ ਦੇ ਨਾਲ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ ਸਾਡੀ ਮੰਜ਼ਿਲ ਕੀ ਹੈ ਉਸ ਮੰਜ਼ਿਲ ਨੂੰ ਜਾਂ ਆਪਾਂ ਸੱਚਖੰਡ ਕਹਿ ਲਈਏ ਤੇ ਚਾਹੇ ਬੇਗਮਪੁਰਾ ਕਹਿ ਲਈਏ ਉਹ ਇੱਕ ਸਥਾਨ ਦੇ ਹੀ ਨਾਮ ਨੇ ਇੱਕ ਸਥਾਨ ਦੇ ਉਹ ਸਥਾਨ ਸਾਡੇ ਮਨ ਦੀ ਹੀ ਅਵਸਥਾ ਹੈ ਕਿਉਂਕਿ ਤਨ ਮੈ ਮਨੁਆ ਤਨ ਦੇ ਅੰਦਰ ਮਨ ਹੈ ਮਨ ਮੈ ਸਾਚਾ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸੱਚਖੰਡ ਵਸੇ ਨਿਰੰਕਾਰ ਤੇ ਉਹ ਸੱਚਖੰਡ ਹੈ ਕਿਥੇ ਜੇ ਤਾਂ ਬਾਰਮੁਖੀ ਹੋ ਕੇ ਬਾਹਰ ਲੱਭਾਂਗੇ ਤਾਂ ਬਾਹਰ ਸੰਸਾਰ ਦੇ ਵਿੱਚ ਕੋਈ ਸੱਚਖੰਡ ਨਹੀਂ ਕੋਈ ਸੱਚਖੰਡ ਨਹੀਂ ਸੱਚਖੰਡ ਇਹ ਸਾਡੇ ਮਨ ਦੀ ਅਵਸਥਾ ਹੈ ਤੇ ਨਿਰੰਕਾਰ ਕਿੱਥੇ ਵੱਸਦਾ ਹੈ ਗੁਰੂ ਪਾਤਸ਼ਾਹ ਨੇ ਬਾਰ ਬਾਰ ਆਖਿਆ ਕਿ ਤੇਰੇ ਇਸ ਸਰੀਰ ਦੇ ਅੰਦਰ ਹੀ ਵੱਸਦਾ ਹੈ ਹਰ ਮੰਦਰ ਇਹ ਸਰੀਰ ਹੈ ਇਸ ਦਾ ਭਾਵ ਕਿ ਜੋ ਸੱਚਖੰਡ ਹੈ ਜਿੱਥੇ ਨਿਰੰਕਾਰ ਵਸ ਰਿਹਾ ਹੈ ਜਿੱਥੇ ਪ੍ਰਭੂ ਪ੍ਰਮਾਤਮਾ ਆਪ ਵਸ ਰਿਹਾ ਹੈ ਉੱਥੇ ਹੀ ਹੈ ਤੇ ਅਸੀਂ ਪਹੁੰਚਣਾ ਹੈ ਉੱਥੇ ਕਿਵੇਂ ਪਹੁੰਚ ਸਕਦੇ ਹਾਂ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬਡ ਭਾਗੀ ਪਾਏ ਪੌੜੀ ਹੈ ਗਿਆਨ ਦੀ ਪੌੜੀ ਇਸ ਗਿਆਨ ਰੂਪੀ ਪੌੜੀ ਤੇ ਆਪਾਂ ਚੜਨਾ ਹੈ ਤੇ ਪੌੜੀ ਤੇ ਜਦੋਂ ਚੜਨਾ ਹੈ ਸੁਚੇਤ ਹੋ ਕੇ ਚੜਨਾ ਹੈ ਅਚੇਤ ਹੋ ਕੇ ਚੜਾਂਗੇ ਤਾਂ ਗਿਰ ਜਾਵਾਂਗੇ ਜਦੋਂ ਅਸੀਂ ਮੰਜ਼ਲ ਤੇ ਪਹੁੰਚਣਾ ਹੈ ਪੌੜੀਆਂ ਚੜਦਿਆਂ ਨਾ ਭਾਵੇਂ ਕਰਦੀਆਂ ਹੀ ਪੌੜੀਆਂ ਚੜਦਿਆਂ ਜਿਹੜਾ ਸੁਚੇਤ ਹੋ ਕੇ ਚੜਦੇ ਕਿਤੇ ਪੈਲੇ ਪੈਰ ਫਿਸਲ ਨਾ ਜਾਵੇ ਚੜਦਿਆਂ ਅਸੀਂ ਬੜੇ ਸੁਚੇਤ ਹੋ ਕੇ ਤੇ ਗੁਰਬਾਣੀ ਸਾਨੂੰ ਗਿਆਨ ਦੇ ਦੁਆਰਾ ਸੁਚੇਤ ਕਰਦੀ ਹੈ ਕਿਤੇ ਤੂੰ ਫਿਸਲ ਨਾ ਜਾਵੇਂ ਜਦੋਂ ਮਨੁੱਖ ਆਪਣੀ ਮੰਜ਼ਿਲ ਤੇ ਚੜਨਾ ਚਾਹੁੰਦਾ ਏ ਔਰ ਇਸ ਸੰਕਲਪ ਲੈਂਦਾ ਏ ਇਹ ਮਨ ਦੇ ਵਿੱਚ ਚਾਹਤ ਪੈਦਾ ਕਰਦਾ ਏ ਇਹ ਗੁਰਬਾਣੀ ਦਾ ਮਾਰਗ ਤੇ ਉਹਨਾਂ ਵਾਸਤੇ ਇਹ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਵੀ ਉਸ ਅਵਸਥਾ ਨੂੰ ਪ੍ਰਾਪਤ ਕਰਕੇ ਅਸੀਂ ਵੀ ਆਤਮਾ ਪਰਮਾਤਮਾ ਦਾ ਸੁਮੇਲ ਕਰਨਾ ਏ ਸੰਤ ਦਾ ਮਾਰਗ ਧਰਮ ਦੀ ਪੌੜੀ ਕੋ ਵਡੇ ਭਾਗੀ ਪਾਇ ਕਹਿੰਦੇ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੂੰ ਇਹ ਗੱਲ ਸਮਝ ਪੈਂਦੀ ਹੈ ਕਿ ਅਸੀਂ ਕਿਸੇ ਪੌੜੀ ਤੇ ਚੜਨਾ ਹੈ ਤੇ ਇਹ ਪੌੜੀ ਕੋਈ ਪੈਰਾਂ ਦੇ ਨਾਲ ਚੜ ਕੇ ਪਹੁੰਚਣ ਵਾਲੀ ਨਹੀਂ ਇਸ ਪੌੜੀ ਤੇ ਚੱਲਣ ਵਾਸਤੇ ਸੁਰਤੀ ਦੀ ਲੋੜ ਹੈ ਸੁਰਤੀ ਕੇ ਮਾਰਗ ਚੱਲ ਕੇ ਤੇ ਸੁਰਤੀ ਸਾਡੀ ਬਿਨਾ ਸ਼ਬਦ ਤੋਂ ਇਹਨਾ ਪੌਡਿਆਂ ਤੇ ਪੈਰ ਨਹੀਂ ਰੱਖ ਸਕਦੀ ਕਿਉਂਕਿ ਸ਼ਬਦ ਜੋ ਹੈ ਇਹ ਪ੍ਰਕਾਸ਼ ਰੂਪ ਹੈ ਸੁਰਤੀ ਨੂੰ ਇਹ ਪ੍ਰਕਾਸ਼ ਦਿੰਦਾ ਹੈ ਤਾਂ ਮਾਰਗ ਦੱਸਦਾ ਹੈ ਜਿਵੇਂ ਹਨੇਰੇ ਵਿੱਚ ਆਪਾਂ ਸਫ਼ਰ ਕਰਨਾ ਹੋਵੇ ਤਾਂ ਬੈਟਰੀ ਵਰਤਦੇ ਆ ਹਨੇਰਾ ਹੋ ਜਾਂਦਾ ਹੈ ਗੱਡੀ ਦੀਆਂ ਜੋ ਲਾਈਟਾ ਆਨ ਕਰਦੇ ਆ ਕਿਉਂਕਿ ਹਨੇਰੇ ਤੋਂ ਹਨੇਰੇ ਦੇ ਵਿੱਚ ਤੇ ਸਫਰ ਹੋ ਹੀ ਨਹੀਂ ਸਕਦਾ ਪ੍ਰਕਾਸ਼ ਚਾਹੀਦਾ ਹੈ ਇਸ ਕਰਕੇ ਸ਼ਬਦ ਹੈ ਪ੍ਰਕਾਸ਼ ਸੁਰਤ ਇਸ ਪ੍ਰਕਾਸ਼ ਦੇ ਨਾਲ ਯਾਤਰਾ ਕਰਦੀ ਹੈ ਸ਼ਬਦ ਸੁਰਤ ਭਾਵ ਸਾਗਰ ਤਰੀਏ ਨਾਨਕ ਨਾਮ ਬਖਾਣੇ ਇਹ ਤੇ ਹੈ ਸੁਰਤੀ ਦਾ ਮਾਰਗ ਧਿਆਨ ਦਾ ਮਾਰਗ ਹੈ ਔਰ ਪ੍ਰੇਮ ਦਾ ਮਾਰਗ ਹੈ ਸ਼ਰਧਾ ਦਾ ਮਾਰਗ ਹੈ ਔਰ ਇਸ ਮਾਰਗ ਤੇ ਜੋ ਚੜਦੇ ਨੇ ਉਹ ਸੂਰਮੇ ਨੇ ਕਬੀਰ ਸਤਗੁਰ ਸੂਰਮੇ ਵਾਹਿਆ ਵਾਨ ਜੋ ਏਕ ਲਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਦੇ ਸ਼ੇਖ ਪੌੜੀ ਤੇ ਚੰਨ ਵੇਲੇ ਕਮਜ਼ੋਰ ਮਨੁੱਖ ਤੇ ਚੜੇ ਨਹੀਂ ਸਕਦਾ ਚੜੀਏ ਤੇ ਫਿਰ ਲਤਾਂ ਵੀ ਫੁੱਲਦੀਆਂ ਨੇ ਸਾਹ ਵੀ ਚੜਦਾ ਏ ਬੜੀ ਮੁਸ਼ਕਲ ਦੇ ਨਾਲ ਹੁਣ ਸਤਿਗੁਰੂ ਪਾਤਸ਼ਾਹ ਸਾਨੂੰ ਇਸ ਗਲੋਂ ਸੁਚੇਤ ਕਰ ਰਹੇ ਨੇ ਕਿ ਪੌੜੀ ਤੇ ਪੈਰ ਤੇ ਰੱਖ ਲਿਆ ਹੁਣ ਇੱਥੋਂ ਅੱਗੇ ਵੀ ਚੱਲਣਾ ਏ ਤੇ ਜਰਾ ਹੌਸਲੇ ਦੇ ਨਾਲ ਚੱਲ ਵਿਸ਼ਵਾਸ ਦੇ ਨਾਲ ਚੱਲ ਭਰੋਸੇ ਦੇ ਨਾਲ ਚੱਲ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਕਿ ਐ ਸਤਿਗੁਰੂ ਜੀ ਮੈਂ ਆਪ ਜੀ ਦੇ ਭਰੋਸੇ ਤੇ ਇਸ ਪੌੜੀ ਤੇ ਚੜਨ ਲੱਗਾ ਤੇ ਕਿਰਪਾ ਕਰਿਓ ਮੈਂ ਬੜਾ ਕਮਜ਼ੋਰ ਐ ਘਟ ਅਬ ਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਮੇਰਾ ਮਨ ਰੂਪੀ ਬੈਲ ਬੜਾ ਕਮਜ਼ੋਰ ਐ ਤੇ ਰਸਤਾ ਬੜਾ ਵਿਖੜਾ ਐ ਘਟ ਅਬ ਘਟ ਡੂਗਰ ਘਣਾ ਇਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਮੇਰੀ ਬੇਨਤੀ ਹੈ ਕਿ ਮੇਰੀ ਸਿਹਤਾਂ ਕਰ ਦਿਓ ਤਾਂ ਮੈਂ ਚੜ ਸਕਦਾ ਮੈਂ ਤੇ ਇਤਨਾ ਕਮਜ਼ੋਰ ਹਾਂ ਮੇਰੇ ਵਿੱਚ ਚੜਨ ਦੀ ਹਿੰਮਤ ਨਹੀਂ ਉੱਥੇ ਫਿਰ ਸਤਿਗੁਰੂ ਦੇ ਸ਼ਬਦ ਦੀ ਲੋੜ ਪੈਂਦੀ ਹੈ ਸਤਿਗੁਰੂ ਸਾਨੂੰ ਸ਼ਬਦ ਦਿੰਦਾ ਏ ਨਾਮ ਦਿੰਦਾ ਏ ਗੁਰਮੰਤਰ ਦਿੰਦਾ ਏ ਗਿਆਨ ਦਿੰਦਾ ਏ ਕਾਦੇ ਵਾਸਤੇ ਦਿੰਦਾ ਏ ਕਿ ਮਨੁੱਖ ਹਨੇਰੇ ਦੇ ਵਿੱਚ ਸਫਰ ਕਰਨ ਜਾ ਰਿਹਾ ਏ ਤੇ ਇਸ ਨੂੰ ਪ੍ਰਕਾਸ਼ ਚਾਹੀਦਾ ਏ ਉਹ ਪ੍ਰਕਾਸ਼ ਸਾਨੂੰ ਆਪਣੇ ਆਪ ਨੂੰ ਡਾਇਰੈਕਸ਼ਨ ਦਿੰਦਾ ਏ ਡਾਇਰੈਕਸ਼ਨ ਦਿੰਦਾ ਏ ਕਿ ਕਿੱਧਰ ਨੂੰ ਮੋੜਨਾ ਏ ਕਿੱਧਰ ਨੂੰ ਜਾਣਾ ਏ ਤੇ ਇਹ ਸਾਡੀ ਸੁਰਤੀ ਫਿਰ ਨਿਰਪਾਉ ਹੋ ਕੇ ਨਿਰਵੈਰ ਹੋ ਕੇ ਫਿਰ ਇਸ ਮੰਜ਼ਲ ਤੇ ਚੜਦੀ ਹੈ ਗੁਰੂ ਪਿਆਰਿਓ ਲੱਗਦਾ ਤੇ ਇਹ ਬਹੁਤ ਔਖਾ ਕੰਮ ਹੈ ਪਰ ਜਦੋਂ ਕੋਈ ਚੱਲ ਪਵੇ ਦ੍ਰਿੜ ਇਰਾਦੇ ਦੇ ਨਾਲ ਫਿਰ ਕਠਨ ਤੋਂ ਕਠਨ ਵੀ ਮਾਰਗ ਸੌਖਾ ਹੋ ਜਾਂਦਾ ਹੈ ਸੰਕਲਪ ਲੈ ਕੇ ਆਪਾਂ ਚੱਲੇ ਆਂ ਏ ਅਸੀਂ ਸੱਚਖੰਡ ਤੱਕ ਪਹੁੰਚਣਾ ਹੈ ਤੇ ਪਹੁੰਚਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਸਟੈਪ ਵਾਈਜ਼ ਸਟੈਪ ਸਾਨੂੰ ਸਮਝਾ ਰਹੀ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਣਾਸੇ ਜਦੋਂ ਕਹਿੰਦੇ ਪਹਿਲੇ ਪੌੜੇ ਤੇ ਪੈਰ ਹੀ ਰੱਖਿਆ ਨਾ ਕਰੋੜਾ ਜਨਮਾਂ ਦੇ ਪਾਪ ਕਰਮ ਉਦੋਂ ਹੀ ਕੱਟੇ ਗਏ ਕਿਉਂਕਿ ਭਾਰ ਲੈ ਕੇ ਚੜਨਾ ਬੜਾ ਔਖਾ ਏ ਸਤਿਗੁਰੂ ਪਹਿਲਾਂ ਤੇ ਬਖਸ਼ਾ ਇਹ ਕਰਦੇ ਨੇ ਕਿ ਜਿਹੜਾ ਭਾਰ ਚੁੱਕਿਆ ਹੈ ਨਾ ਇਸ ਦਾ 라ਹ ਦਿਓ ਤਾਂ ਕਿ ਚੜਨਾ ਸੌਖਾ ਹੋ ਜਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਕਰੋਣਾ ਜਰਮਾਂ ਦੇ ਕਿਲ ਵਿਖ ਪਾਪ ਕਰਮ ਨਾਸੇ ਖਤਮ ਹੋ ਗਏ ਇਹ ਸ਼ਬਦ ਦੇ ਵਿੱਚ ਐਸੀ ਤਾਕਤ ਹੈ ਸ਼ਬਦ ਨਾਮ ਗੁਰਮੰਤਰ ਇਸ ਦੇ ਵਿੱਚ ਇਤਨੀ ਤਾਕਤ ਹੈ ਕਿ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਕਰਮ ਕੱਟੇ ਪਾਪ ਅਸੰਖ ਨਾਵੇ ਇੱਕ ਕਣੀ ਕਮਾਲ ਦੀ ਗੱਲ ਹੈ ਨਾਮ ਦੀ ਇੱਕ ਕਣੀ ਦੇ ਨਾਲ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਕਹਿੰਦੇ ਹਾਂ ਨਾਮ ਦੇ ਵਿੱਚ ਇਹੀ ਤੇ ਤਾਕਤ ਹੈ ਪਰ ਉਹ ਨਾਮ ਸਾਡੇ ਹਿਰਦੇ ਤੱਕ ਪਹੁੰਚੇ ਤਾਂ ਉਹ ਨਾਮ ਸਾਡੇ ਗਹਿਰੇ ਅੰਦਰ ਤੱਕ ਚਲਾ ਜਾਏ ਨਾਮ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਆਏ ਪ੍ਰਭ ਸੁਨਾਗਤੀ ਕਿਰਪਾ ਨਿਧ ਦਿਵਾਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਇੱਕੋ ਸ਼ਬਦ ਇੱਕੋ ਹੀ ਅੱਖਰ ਜਿਹਦੇ ਹਿਰਦੇ ਤੱਕ ਪਹੁੰਚ ਗਿਆ ਉਹ ਤੇ ਨਾਨਕ ਨਦਰੀ ਨਦਰ ਨੇ ਹਾਲ ਹੋ ਗਿਆ ਇਸ ਕਰਕੇ ਸਮਝੋ ਗੁਰਬਾਣੀ ਨੂੰ ਸਮਝੋ ਧਾਰਮਿਕ ਗ੍ਰੰਥਾਂ ਨੂੰ ਸਮਝਣ ਦੀ ਲੋੜ ਹੈ ਵੇਦ ਪੁਰਾਨ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨਾ ਹੋਈ ਏਕ ਅਖਰ ਜੋ ਗੁਰਮੁਖ ਜਾਪੇ ਤਨ ਕੀ ਨਿਰਮਲ ਸੋਈ ਇੱਕ ਅੱਖਰ ਜਿਸ ਨੇ ਸਮਝ ਲਿਆ ਉਸ ਦਾ ਅੰਤਿਸ਼ਕਰਨ ਨਿਰਮਲ ਹੋ ਗਿਆ ਉਸ ਦਾ ਮਨ ਨਿਰਮਲ ਹੋ ਗਿਆ ਉਸ ਨੂੰ ਪ੍ਰਮਾਤਮਾ ਦਾ ਦਰ ਕਰ ਲੱਭ ਗਿਆ ਜਿਹੜਾ ਪੜਦਾ ਸੀ ਨਾ ਸੋ ਦਰ ਕਿਹਾ ਸੋ ਕਰ ਕੇ ਹਾ ਜਿਤਵੇ ਸਰਬ ਸਮਾਲੇ ਉਹ ਹੁਣ ਦਰ ਕਰ ਨਜ਼ਰੀ ਆ ਰਿਹਾ ਹੈ ਕਿਥੇ ਪਾਪ ਕਰਮ ਖਤਮ ਹੋ ਗਏ ਨੇ ਸਾਡੀ ਸੁਰਤ ਬਿਲਕੁਲ ਨਿਰਪਾਰ ਹੋ ਗਈ ਹੈ ਹਲਕੀ ਹੋ ਗਈ ਹੈ ਕਿਸ ਨੇ ਪਰਬਤ ਤੇ ਚੜਨਾ ਹੋਵੇ ਜਿਤਨਾ ਉਹ ਘਾਟ ਭਾਰ ਲੈ ਕੇ ਚੜ੍ਹੇਗਾ ਉਤਨਾ ਹੀ ਉਸ ਨੂੰ ਚੜ੍ਹਨਾ ਸੌਖਾ ਹੋਵੇਗਾ ਤੇ ਸਤਿਗੁਰੂ ਪਾਤਸ਼ਾਹ ਸਭ ਤੋਂ ਪਹਿਲਾਂ ਤੇ ਸਾਡਾ ਪਾਪਾਂ ਦਾ ਜੋ ਭਾਰ ਹੈ ਉਹ ਸਾਡੇ ਮਨ ਤੋਂ ਲਾ ਰਹੇ ਨੇ ਤੇ ਜੇ ਤੂੰ ਨਰ ਪਾਰ ਹੋ ਕੇ ਉਡਾਰੀ ਮਾਰੇਗਾ ਨਾ ਫਿਰ ਛੇਤੀ ਪਹੁੰਚ ਜਾਏਗਾ ਫਿਰ ਸਚਖੰਡ ਬੇਗੰਪੁਰਾ ਅਬਚਲਨਗਰ ਉਹ ਜਿੱਥੇ ਆਤਮਾ ਤੇ ਪਰਮਾਤਮਾ ਦਾ ਸੁਮੇਲ ਹੁੰਦਾ ਹੈ ਤੂੰ ਫਿਰ ਬੜੀ ਜਲਦੀ ਪਹੁੰਚ ਜਾਵੇਂਗਾ ਜਿਤਨਾ ਅਸੀਂ ਅਗਾਹਾਂ ਕੁ ਤਰਾੰਗ ਅੱਗੇ ਅੱਗੇ ਨੂੰ ਵੱਧਦੇ ਆਂ ਮੰਜ਼ਿਲ ਸਾਡੀ ਨੇੜੇ ਆਵੇਗੀ ਤੇ ਜਿਤਨਾ ਅਸੀਂ ਪਿੱਛੇ ਨੂੰ ਝਾਕਾਂਗੇ ਤੇ ਕਦੇ ਅੱਗੇ ਨੂੰ ਵੇਖ ਲਿਆ ਕਦੇ ਪਿੱਛੇ ਨੂੰ ਦੇਖ ਲਿਆ ਗੁਰੂ ਪਾਤਸ਼ਾਹ ਇਹਨੂੰ ਹੀ ਤੇ ਦੁਬਦਾ ਕਹਿੰਦੇ ਨੇ ਦੁਬਦਾ ਦੋ ਪਾਸੇ ਕਿ ਥੋੜੀ ਜਿਹੀ ਗੁਰੂ ਦੀ ਗੱਲ ਮੰਨ ਲਈ ਤੇ ਅੱਗੇ ਨੂੰ ਤੁਰ ਪਏ ਫਿਰ ਮਨ ਦੀ ਮੰਨ ਲਈ ਫਿਰ ਪਿੱਛਾ ਨਾ ਮੁੜਿਆ ਦੁਬਦਾ ਤੇ ਮਨੁੱਖ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ ਦੁਬਦਾ ਹੋਏ ਇਕੱਤਰ ਮਿਲੋ ਮੇਰੇ ਭਾਈ ਕਿ ਸਤਗੁਰੂ ਦਾ ਹੁਕਮ ਹੈ ਕਿ ਸਤਸੰਗਤ ਦੇ ਵਿੱਚ ਮਿਲ ਕੇ ਬੈਠੋ ਸਾਰੇ ਬੈਠੋ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਕਹਿੰਦੇ ਦੁਬਦਾ ਰੱਖ ਕੇ ਨਹੀਂ ਬੈਠਣਾ ਜਦੋਂ ਗੁਰਬਾਣੀ ਦਾ ਗਿਆਨ ਚੱਲ ਰਿਹਾ ਏ ਫਿਰ ਸਾਡੀ ਸੁਰਤ ਗੁਰਬਾਣੀ ਦੇ ਗਿਆਨ ਵਿੱਚ ਹੀ ਹੋਣੀ ਚਾਹੀਦੀ ਏ ਦੁਬਦਾ ਦੂਰ ਕਰੋ ਲਿਬ ਲਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਬਚਾਈ ਕਹਿੰਦੇ ਲਿਬ ਜੋੜ ਧਿਆਨ ਜੋੜ ਤਾਂ ਸਾਡੀ ਸੁਰਤ ਆਕਾਸ਼ ਮੋੜਲਾ ਵਿੱਚ ਉਡਾਰੀ ਮਾਰੇਗੀ ਕੋਟ ਜਨਮ ਕੇ ਤੇਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਪ੍ਰਭੂ ਦੇ ਨਾਲ ਚਿਤ ਜੋੜ ਲੈ ਬਿਨਾਂ ਧਿਆਨ ਤੋਂ ਗੱਲ ਨਹੀਂ ਬਣਨੀ ਚਾਹੇ ਇਸ ਗੱਲ ਨੂੰ ਅਸੀਂ ਅੱਜ ਸਮਝ ਲਈਏ ਚਾਹੇ ਕੱਲ ਸਮਝ ਲਈਏ ਇਹ ਤੁਰਦੇ ਆ ਫਿਰਦੇ ਆ ਮੰਜ਼ਲੇ ਨਹੀਂ ਮਿਲਦੀ ਇਹ ਤੇ ਸਥਿਰ ਹੋ ਕੇ ਟਿਕਾਓ ਦੇ ਵਿੱਚ ਫਿਰ ਘਰ ਬੈਸੋ ਹਰ ਜਨ ਪਿਆਰੇ ਇਹ ਸਤਿਗੁਰੂ ਦਾ ਹੁਕਮ ਹੈ ਕਿ ਐ ਪ੍ਰਭੂ ਦੇ ਪਿਆਰਿਓ ਆਪਣੇ ਸਰੀਰ ਰੂਪੀ ਘਰ ਦੇ ਅੰਦਰ ਸਥਿਰ ਹੋ ਕੇ ਬੈਠ ਜਾਵੋ ਮਨ ਦੇ ਟਿਕਾਓ ਵਾਸਤੇ ਸਭ ਤੋਂ ਗੁਰਬਾਣੀ ਹੈ ਫਿਰ ਘਰ ਇਸ ਸਰੀਰ ਰੂਪੀ ਕਰ ਇਸ ਦੇ ਅੰਦਰ ਜਦੋਂ ਮਨ ਟਿਕੇਗਾ ਕਿ ਉਹ ਕੌਣ ਟਿਕਾਉਂਦੇ ਨੇ ਪ੍ਰਭੂ ਦੇ ਪਿਆਰੇ ਟਿਕਾਉਂਦੇ ਨੇ ਫਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸੁਵਾਰੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਸਾਡੇ ਜੀਵਨ ਦਾ ਕਾਰਜ ਸੁਵਾਰਿਆ ਜਾਂਦਾ ਹੈ ਸਾਡੇ ਜੀਵਨ ਦਾ ਹੋਰ ਕੋਈ ਕਾਰਜ ਨਹੀਂ ਇੱਕੋ ਹੀ ਕਾਰਜ ਹੈ ਕਿ ਸਾਡੀ ਆਤਮਾ ਪਰਮਾਤਮਾ ਵਿੱਚ ਅਪੇਧ ਹੋ ਜਾਏ ਹੋਰ ਕੋਈ ਕਾਰਜ ਨਹੀਂ ਹੋਰ ਕੋਈ ਮਨੋਰਥ ਨਹੀਂ ਸਾਡੇ ਜੀਵਨ ਦਾ ਇਕੋ ਹੀ ਇੱਕ ਮਨੋਰਥ ਹੈ ਜਿਨ੍ਹਾਂ ਨੇ ਸਮਝਿਆ ਉਹ ਤੇ ਚੱਲ ਪਏ ਜਿਹੜੇ ਚੱਲ ਪਏ ਨੇ ਉਹ ਪਹੁੰਚ ਵੀ ਜਾਣਗੇ ਜਿਹੜੇ ਚੱਲੇ ਹੀ ਨਹੀਂ ਉਹ ਕਿੱਥੇ ਪਹੁੰਚਣਗੇ ਕਿਉਂਕਿ ਮਾਰਗ ਤਾਂ ਹੈ ਰਸਤਾ ਤਾਂ ਹੈ ਪਰ ਇਹ ਤੇ ਚੱਲਣ ਵਾਲਿਆਂ ਵਾਸਤੇ ਹੈ ਨਾ ਰਸਤਾ ਰਾਸਤਾ ਤੇ ਜਾਂਦਾ ਹੀ ਹੈ ਕੋਈ ਸਾਧਕ ਪੁੱਛਦਾ ਹੈ ਰਾਹੀ ਨੂੰ ਕਿ ਆਹ ਸੜਕ ਇਹ ਕਿੱਥੇ ਨੂੰ ਜਾਂਦੀ ਹੈ ਉਹ ਕਹਿਣ ਲੱਗਾ ਕਿ ਮੈਂ ਬਹੁਤ ਸਮੇਂ ਤੋਂ ਦੇਖਦਾ ਹਾਂ ਕਿਤੇ ਵੀ ਨਹੀਂ ਜਾਂਦੀ ਇੱਥੇ ਹੀ ਹੈ ਨਹੀਂ ਕਹਿੰਦਾ ਕਿਤੇ ਤੇ ਜਾਂਦੀ ਹੋਗੀ ਹਾਂ ਜਿਹੜੇ ਪਾੰਦੀ ਨੇ ਇਸ ਤੇ ਤੁਰਨ ਵਾਲੇ ਉਹ ਜਰੂਰ ਕਿਸੇ ਮੰਜ਼ਲ ਤੇ ਪਹੁੰਚ ਜਾਂਦੇ ਨੇ ਤੇ ਜਿਹੜੇ ਇਸ ਸੜਕ ਨੂੰ ਇਸ ਰਸਤੇ ਨੂੰ ਦੇਖਦੇ ਹੀ ਰਹਿੰਦੇ ਨੇ ਉਹ ਤਾਂ ਕਿਤੇ ਨਹੀਂ ਪਹੁੰਚਦੇ ਜਿਹੜੇ ਇਸ ਰਸਤੇ ਤੇ ਤੁਰਦੇ ਨੇ ਉਹ ਪਹੁੰਚ ਜਾਂਦੇ ਨੇ ਹੁ ਮਾਰਗ ਕੀ ਹੈ ਰਸਤਾ ਕੀ ਹੈ ਗੁਰੂਆਂ ਨੇ ਗੁਰਬਾਣੀ ਦੇ ਅੰਦਰ ਜਿਹੜਾ ਮਾਰਗ ਦਿੱਤਾ ਹੈ ਉਹ ਚੱਲਣ ਵਾਸਤੇ ਹੈ ਇਸ ਕਰਕੇ ਅਸੀਂ ਪੌਂਦੇ ਹਾਂ ਅਸੀਂ ਰਾਹੀ ਹਾਂ ਤਾਂਹੀਂ ਅਸੀਂ ਪਹੁੰਚ ਸਕਾਂਗੇ ਜੇਕਰ ਤੁਰ ਪਈਏ ਤੇ ਸਤਿਗੁਰੂ ਪਾਤਸ਼ਾਹ ਦਾ ਇਹ ਗਿਆਨ ਜਿਨ੍ਹਾਂ ਜਿਨ੍ਹਾਂ ਨੇ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਸਮਝ ਪੈ ਗਈ ਕਿ ਇਹ ਗੁਰਬਾਣੀ ਸਿਰਫ ਪੰਨ ਵਾਸਤੇ ਨਹੀਂ ਇਹ ਤੇ ਪ੍ਰੈਕਟੀਕਲ ਚੱਲਣ ਵਾਸਤੇ ਹੈ ਕਿਉਂਕਿ ਸਤਿਗੁਰੂ ਪਾਤਸ਼ਾਹ ਕੁਝ ਕਰਨ ਵਾਸਤੇ ਆਖਦੇ ਨੇ ਕਿ ਕੁਝ ਕਰ ਪੜ ਸੁਣ ਜੋ ਪੜਿਆ ਹੈ ਤੇ ਸੁਣਿਆ ਹੈ ਉਹ ਕਰ ਕਰਨਾ ਕੀ ਹੈ ਕਰ ਬੰਦਗੀ ਛਾੜ ਮੈਂ ਮੇਰਾ ਕਰ ਬੰਦੇ ਤੂੰ ਬੰਦਗੀ ਜਿਚਰ ਕਠਮੈ ਸਾਹੁ ਬੰਦਗੀ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰੋਕੇ ਪਿਆਰ ਕਹਿੰਦੇ ਪਿਆਰ ਹੀ ਕਿਉਂਕਿ ਪਿਆਰ ਦਾ ਮਾਰਗ ਹੈ ਪਿਆਰ ਦਾ ਮਾਰਗ ਪ੍ਰੇਮ ਦਾ ਮਾਰਗ ਸਾਨੂੰ ਉਸ ਮੰਜ਼ਿਲ ਤੱਕ ਲੈ ਕੇ ਜਾਵੇਗਾ ਜਿਨ੍ਹਾਂ ਪ੍ਰੇਮ ਦੇ ਨਾਲ ਭਰਾਂਗੇ ਜਿਨ੍ਹਾਂ ਸ਼ਰਧਾ ਦੇ ਨਾਲ ਭਰਾਂਗੇ ਉਹ ਮੰਜ਼ਿਲ ਸਾਨੂੰ ਮਿਲੇਗੀ ਜ਼ਰੂਰ ਮਿਲੇਗੀ ਇਹ ਸਤਿਗੁਰੂ ਪਾਤਸ਼ਾਹ ਗਰੰਟੀ ਦਿੰਦੇ ਨੇ ਕਿ ਜਿਹੜੇ ਚੱਲਣਗੇ ਉਹ ਜ਼ਰੂਰ ਪਹੁੰਚਣਗੇ ਅਸੀਂ ਧਰਮ ਦੇ ਕਰਮ ਕਰਦੇ ਆਂ ساری ਜ਼ਿੰਦਗੀ ਹੋ ਗਈ ਐ ਚੱਲੇ ਕਿੱਥੇ ਆ ਕਿਸੇ ਨੂੰ ਵੀ ਪਹੁੰਚੋ ਕਿ ਕਿਹੜੀ ਅਵਸਥਾ ਵਿੱਚ ਤੂੰ ਰਹਿ ਰਿਹਾ ਐ ਕਹਿੰਦਾ ਉਹ ਤਾਂ ਮੈਨੂੰ ਪਤਾ ਨਹੀਂ ਮੈਂ ਇਹ ਪਾਠ ਕਰ ਛੱਡਦਾ ਸਵੇਰੇ ਵੀ ਕਰਦਾ ਸ਼ਾਮ ਨੂੰ ਵੀ ਕਰਦਾ ਅੰਦਰ ਦੀ ਮੰਜ਼ਲ-ਮੁੰਜਲ ਦਾ ਤੇ ਮੈਨੂੰ ਪਤਾ ਕੋਈ ਨਹੀਂ ਜਦ ਕੇ ਗੁਰਬਾਣੀ ਸਾਨੂੰ ਉਸ ਮਕਾਮ ਤੇ ਪਹੁੰਚਾ ਰਹੀ ਐ ਸੂਰਜ ਕਿਰਨ ਮਿਲੇ ਜਲਕਾ ਜਲ ਹੋਆ ਰਾਮ ਜਲਕਾ ਜਲ ਜੋਤੀ ਜੋਤ ਰਲੀ ਕਿ ਸਾਡੀ ਜੋ ਆਤਮਿਕ ਜੋਤ ਹੈ ਇਹ ਪਰਮਾਤਮਾ ਵਿੱਚ ਮਿਲ ਜਾਵੇ ਤਾਂ ਸਾਡਾ ਜੀਵਨ ਸੰਪੂਰਨ ਹੋਵੇਗਾ ਜੋਤੀ ਜੋਤ ਲਈ ਸੰਪੂਰਨ ਥੀਆ ਰਾਮ ਉਹਨਾਂ ਦਾ ਜੀਵਨ ਸੰਪੂਰਨ ਉਹਨੇ ਉਹ ਆਪਣਾ ਜੀਵਨ ਸਫਲ ਕਰਕੇ ਗਏ ਨੇ ਬਾਕੀ ਜਿਹੜੇ ਤੁਰੇ ਹੀ ਨਹੀਂ ਉਹ ਤੇ ਅਸਫਲ ਰਹਿ ਗਏ ਕਹੋ ਕਬੀਰ ਜੀਤ ਕੇ ਹਾਰ ਗੁਰੂ ਪਾਤਸ਼ਾਹ ਨੇ ਗਿਆਨ ਦਿੱਤਾ ਹੈ ਕਹਿੰਦੇ ਨੇ ਹੁਣ ਤੇਰੀ ਮਾਂ ਆਪਣੀ ਮਰਜ਼ੀ ਹੈ ਗਿਆਨ ਤੈਨੂੰ ਦੇ ਦਿੱਤਾ ਗਿਆ ਹੈ ਕਿ ਕਾਦੇ ਬਦਲੇ ਤੈਨੂੰ ਜੀਵਨ ਮਿਲਿਆ ਹੈ ਔਰ ਕਿਸ ਮੰਜ਼ਲ ਤੇ ਤੂੰ ਪਹੁੰਚਣਾ ਹੈ ਹੁਣ ਇਹ ਬੰਦੇ ਤੇਰੀ ਮੌਤ ਹੈ ਤੂੰ ਆਪਣੇ ਜੀਵਨ ਨੂੰ ਹਾਰ ਕੇ ਜਾਣਾ ਹੈ ਜਾਂ ਜਿੱਤ ਕੇ ਜਾਣਾ ਹੈ ਕਹੋ ਕਬੀਰ ਜੀਤ ਕੇ ਹਾਰ ਬਹੁਬਿਧ ਕਹੋ ਪੁਕਾਰ ਪੁਕਾਰ ਵਾਣੀ ਨੇ ਤੇ ਆਵਾਜ਼ਾਂ ਦੇ ਦੇ ਕੇ ਸਮਝਾਇਆ ਆਵਾਜ਼ਾਂ ਦੇ ਦੇ ਕੇ ਕਿ ਆ ਜਾਓ ਉਸ ਪ੍ਰਮਾਤਮਾ ਦੇ ਦਰ ਘਰ ਵਿੱਚ ਨਿੱਜ ਘਰ ਵਿੱਚ ਨਿੱਜ ਘਰ ਹੀ ਪ੍ਰਮਾਤਮਾ ਦਾ ਘਰ ਹੈ ਤੇ ਉਹੀ ਸਾਡਾ ਆਪਣਾ ਘਰ ਹੈ ਨਿੱਜ ਘਰ ਤੋਂ ਅਸੀਂ ਬਾਹਰ ਘੁੰਮਦੇ ਆ ਗੁਰੂ ਪਾਚਕ ਨੇ ਆ ਜਾਓ ਐ ਮੇ ਮਨ ਬਾਹਰ ਤੂੰ ਭਟਕਦਾ ਫਿਰਦਾ ਏ ਮਨ ਪ੍ਰਦੇਸੀ ਵੇ ਪਿਆਰੇ ਆਓ ਘਰੇ ਆਜਾ ਤੂੰ ਆਪਣੇ ਘਰ ਨੂੰ ਆਜਾ ਦਰਵਾਜ਼ੇ ਖੁੱਲੇ ਹੀ ਨੇ ਪਰ ਇਹ ਮਨ ਕਿਥੇ ਵੱੜਦਾ ਘਰ ਅੰਦਰ ਤਾਂ ਟਿਕਦਾ ਹੀ ਨਹੀਂ ਬਾਹਰ ਦੌੜਿਆ ਰਹਿੰਦਾ ਏ ਬਾਹਰमुखी ਹੋ ਕੇ ਸੰਸਾਰ ਦੇ ਨਾਲ ਜੁੜਿਆ ਰਹਿੰਦਾ ਏ ਅੰਤਰਮੁਖੀ ਹੋ ਕੇ ਨਰੰਕਾਰ ਦੇ ਨਾਲ ਜੁੜਨਾ ਸੀ ਉਹ ਜੁੜਿਆ ਹੀ ਨਹੀਂ ਉਹ ਜੁੜਿਆ ਹੀ ਨਹੀਂ ਇਸ ਕਰਕੇ ਧਾਰਮਿਕ ਤੌਰ ਤੇ ਮਨੁੱਖ ਸਦੀਆਂ ਤੋਂ ਜੋ ਕੁਝ ਕਰਦਾ ਆ ਰਿਹਾ ਹੈ ਉਹ ਇੱਕ ਰਹੀ ਜਾ ਰਿਹਾ ਹੈ ਆਤਮਿਕ ਤੌਰ ਤੇ ਕੋਈ ਗਿਆਨ ਪ੍ਰਾਪਤ ਕੀਤਾ ਹੀ ਨਹੀਂ ਆਤਮਾ ਦਾ ਗਿਆਨ ਕਿਨ ਪ੍ਰਾਪਤ ਕੀਤਾ ਹੈ ਕੋਈ ਵੱਡੇ ਭਾਗਾਂ ਵਾਲੇ ਨੇ ਵੱਡੇ ਭਾਗੀ ਹਰ ਸੰਗਤ ਪਾਵੇ ਪ੍ਰਭੂ ਦੀ ਸੰਗਤ ਹਰ ਦਾਮਤ ਪਾਵ ਕੇ ਪ੍ਰਭੂ ਪਰਮਾਤਮਾ ਬੜਾ ਭਾਗੀ ਹਰ ਸੰਗਤ ਪਾਵੇ ਭਾਗ ਹੀਨ ਪਰਮ ਚੋਟਾਂ ਖਾਵੇ ਅਸੀਂ ਜਨਮਦਰ ਜਨਮ ਚੋਟਾਂ ਖਾਂਦੇ ਆਏ ਆ ਗੁਰੂ ਪਾਛਾ ਕਹਿੰਦੇ ਨੇ ਜੇ ਪ੍ਰਭੂ ਦੇ ਨਾਲ ਤੇਰਾ ਸੰਗ ਨਾ ਨਾ ਹੋਇਆ ਫਿਰ ਇਸੇ ਢੰਗ ਦੇ ਨਾਲ ਜਨਮਦਰ ਜਨਮ ਫਿਰ ਤੂੰ ਪਟਕਦਾ ਫਿਰੇਗਾ ਵਿਨਭਾਗਾ ਸਤ ਸੰਗ ਨਾਲ ਲੱਭੇ ਸਤ ਸੰਗ ਸਤ ਦੇ ਨਾਲ ਸੰਗ ਸਤ ਦੇ ਨਾਲ ਮਲਾਪ ਵਿਨਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜੈ ਜੀਉ ਬਾਹਰ ਮੁਖੀ ਹੋ ਕੇ ਮਨੁੱਖ ਜੋ ਵੀ ਧਰਮ ਨਾ ਧਰਮ ਦੇ ਨਾਮ ਤੇ ਕਰਦਾ ਹੈ ਸਤ ਗੁਰੂਪਾਛਗੰਦ ਨੇ ਉਹ ਮੈਲ ਇਕੱਠੀ ਕਰਦਾ ਹੈ ਬਾਹਰ ਜਿੰਨਾ ਮਨ ਦੌੜੇਗਾ ਇਸ ਮਨ ਤੇ ਮੈਲ ਹੀ ਲੱਗੇਗੀ ਵਿਕਾਰਾਂ ਦੀ ਮੈਲ ਲੱਗੇ ਸੰਸਾਰ ਦੇ ਵਿੱਚ ਹੋ ਕੀ ਹੈ ਹੋ ਕੀ ਰਿਹਾ ਹੈ ਕਾਮ ਕ੍ਰੋਧ ਲੋਭ ਹੰਕਾਰ ਚਾਰੇ ਪਾਸੇ ਫੈਲਿਆ ਹੋਇਆ ਹੈ ਮਨ ਇਹਨਾਂ ਦੇ ਨਾਲ ਮਿਲ ਕੇ ਕਦੇ ਕਾਮ ਦੀ ਗ੍ਰਿਫਤ ਵਿੱਚ ਹੈ ਕਦੇ ਕ੍ਰੋਧ ਕਦੇ ਮੋਹ ਕਦੇ ਲੋਭ ਕਦੇ ਹੰਕਾਰ ਤੇ ਮਨੁੱਖ ਨੇ ਫਿਰ ਕਮਾਇਆ ਕੀ ਕੁਝ ਵੀ ਨਹੀਂ ਕਮਾਇਆ ਜੇਕਰ ਕਮਾਈ ਕਰਨੀ ਹੈ ਤਾਂ ਉਹ ਅੰਤਰਮੁਖੀ ਹੋ ਕੇ ਹੀ ਕੀਤੀ ਜਾ ਸਕਦੀ ਹੈ ਅੰਤਰਮੁਖੀ ਜਿਹੜੇ-ਜਿਹੜੇ ਹੋਏ ਨੇ ਉਹਨਾਂ ਦੇ ਨਾਮ ਸਤਗੁਰੂ ਨੇ ਮੈਂਸ਼ਨ ਕੀਤੇ ਨੇ ਉਹ ਕੌਣ ਨੇ ਜਿਹੜੇ ਅੰਤਰਮੁਖੀ ਹੋ ਕੇ ਜਿਹੜੇ ਪ੍ਰਭੂ ਦਾ ਸਰੂਪ ਹੋਏ ਨੇ ਕਹਿੰਦੇ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੇ ਉਹ ਤਰ ਗਏ ਕਿਵੇਂ ਤਰ ਗਏ ਉਹ ਵੀ ਸਾਡੇ ਵਰਗੇ ਮਨੁੱਖ ਜਮ ਜਮਾ ਧਾਰ ਕੇ ਆਏ ਸੀ ਨਾ ਉਹਨਾਂ ਨੇ ਗੁਰੂ ਤੋਂ ਗਿਆਨ ਕਮਾ ਕੇ ਕਿਤੇ ਉਹ ਪਾਠ ਪੂਜਾ ਨਹੀਂ ਕਰਨ ਲੱਗੇ ਰਹੇ ਉਹਨਾਂ ਨੇ ਕਮਾਈ ਕੀਤੀ ਹੈ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੇ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀਉ ਤੇ ਸਭੇ ਸਰੇ ਇਹ ਪ੍ਰਭੂ ਦੇ ਗਿਆਨ ਦੇ ਨਾਲ ਹੀ ਸਾਡਾ ਇਹ ਜੀਵਨ ਸੰਪੂਰਨ ਹੋਣਾ ਹੈ ਸਾਡੇ ਜੀਵਨ ਦਾ ਕਾਰਜ ਸੰਪੂਰਨ ਹੋਵੇਗਾ ਜਦੋਂ ਅਸੀਂ ਇਸ ਢੰਗ ਦੇ ਨਾਲ ਦੂਸਰਿਆਂ ਵੱਲ ਵੇਖਾਂਗੇ ਆ ਧੰਨਾ ਭਗਤ ਜੀ ਨੇ ਵੇਖਿਆ ਨਾ ਦੂਸਰਿਆਂ ਵੱਲ ਵੇਖਿਆ ਉਹਨਾਂ ਨੂੰ ਪਤਾ ਲੱਗਾ ਕਿ ਨਾਮਦੇਵ ਉਹ ਪ੍ਰਭੂ ਦਾ ਨਾਮ ਜਪ ਕੇ ਤਰ ਗਿਆ ਕਬੀਰ ਉਸਨੇ ਪ੍ਰਭੂ ਦੇ ਨਾਲ ਗਹਿਰਾ ਪ੍ਰੇਮ ਕੀਤਾ ਤਰ ਗਿਆ ਰਵਿਦਾਸ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਤੇ ਪ੍ਰੇਮ ਵੰਡਿਆ ਕਹਿੰਦੇ ਉਹ ਵੀ ਤਰ ਗਿਆ ਸੇਨਨਾਈ ਜੋ ਲੋਕਾਂ ਦੀ ਅਬੁੱਧੀਆਂ ਕਰਨ ਵਾਲਾ ਕਹਿੰਦੇ ਉਸ ਦੇ ਵਿੱਚ ਵੀ ਪ੍ਰੇਮ ਦੀ ਜੋਤ ਜਗੀ ਉਹ ਵੀ ਭਗਤਾਂ ਦੇ ਨਾਲ ਭਗਤਾਂ ਦੇ ਵਿੱਚ ਗਿਣਿਆ ਗਿਆ ਭਗਤੀ ਕੀਤੀ ਹੈ ਬੰਦਗੀ ਕੀਤੀ ਹੈ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਗਏ ਨੇ ਕਹਿੰਦੇ ਇਹ ਸਭ ਕੁਝ ਜੋ ਸੁਣਿਆ ਨਾ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਜਦੋਂ ਭਗਤ ਧੰਨਾ ਜੀ ਨੇ ਸੁਣਿਆ ਕਿ ਇਹ ਸਾਰੇ ਤਰ ਗਏ ਨੇ ਮੈਂ ਕਿਉਂ ਨਹੀਂ ਧਰ ਸਕਦਾ ਉਹਨਾਂ ਨੇ ਵੀ ਬੰਦਗੀ ਕਰਨੀ ਸ਼ੁਰੂ ਕੀਤੀ ਬੰਦਗੀ ਇਹ ਵਿਧ ਸੁਣ ਕੇ ਇਹ ਵਿਧ ਇਹ ਢੰਗ ਤਰੀਕਾ ਜਿਸ ਢੰਗ ਦੇ ਨਾਲ ਉਹ ਤੁਰੇ ਨੇ ਅਸੀਂ ਵੀ ਤੇ ਸੁਣਦੇ ਹੀ ਆਂ ਪਰ ਅਸੀਂ ਸੁਣ ਕੇ ਉੱਥੇ ਛੱਡਦੇ ਨੇ ਇਹ ਵਿਧ ਸੁਣ ਕੇ ਜਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਤਾਂ ਨਾ ਬੜੇ ਭਾਗਾ ਉਹ ਬੜੇ ਭਾਗਾ ਵਾਲਾ ਹੋ ਗਿਆ ਜਿਸ ਨੇ ਉਹਨਾਂ ਮਹਾਪੁਰਖਾਂ ਵੱਲ ਵੇਖਿਆ ਕਿ ਜੋ ਕੁਝ ਉਹਨਾਂ ਨੇ ਕੀਤਾ ਹੈ ਮੈਂ ਵੀ ਕਰਾਂ ਮੇਰੀ ਵੀ ਮੰਜ਼ਿਲ ਉਹੀ ਹੈ ਬਸ ਪ੍ਰਭੂ ਦੀ ਬੰਦਗੀ ਕਰਕੇ ਉਤਰ ਗਿਆ ਤੇ ਫਿਰ ਸਾਨੂੰ